ਜੀ ਜਿੰਨਾ ਇਹਨਾਂ ਦਾ 5 ਲੱਖ ਰੁਪਈਆ ਧਰਮਸ਼ਾਲਾ ਦਾ ਆਇਆ, 2 ਲੱਖ ਇਹਨਾਂ ਦਾ ਆਇਆ ਸ਼ੈੱਡ ਦਾ, ਜਿੰਨਾ ਇਹਨਾਂ ਦਾ ਪੈਸਾ ਆਇਆ ਸਾਹਿਬ, ਜਿੱਦਾਂ ਅਸੀਂ ਕੰਮ ਖਤਮ ਕਰਤਾ ਇਹਨਾਂ ਦਾ ਜਿੰਨਾ ਹਿਸਾਬ ਆ ਸਾਰਾ ਕਰਕੇ ਦੇਵਾਂ। ਸਾਡੇ ਕੋਲ ਜਦੋਂ ਜੇਈ ਆ ਗਿਆ ਮਿਣਤੀ ਕਰਨ ਵਾਸਤੇ, ਜਾਂ ਸੈਕਟਰੀ ਹੋਊਗਾ ਨਾਲ, ਸੈਕਟਰੀ ਹੋਊਗਾ ਮੈਂ ਹੋਊਗਾ, ਇਹ ਸਾਡੇ ਸਾਹਮਣੇ ਖੜ ਕੇ ਆਪਦਾ ਹਿਸਾਬ ਕਿਤਾਬ ਲਗਾਉਣ, ਜਿੱਥੇ ਇਹਨਾਂ ਨੂੰ ਕੋਈ ਸ਼ੱਕ ਲੱਗਦੀ ਉੱਥੇ ਕਹਿ ਦੇਣ ਵੀ ਭਈਆ ਸਾਨੂੰ ਇੱਥੇ ਪੈਸਾ ਘੱਟ ਲਾਇਆ ਤੁਸੀਂ, ਵੱਧ ਬਣਦਾ ਸਾਡਾ ਜਾਂ ਘੱਟ ਬਣਦਾ, ਅਸੀਂ ਇਹਨਾਂ ਨੂੰ ਬੁਲਾ ਕੇ ਉਹਦੀ ਮਿਣਤੀ ਕਰਾ। ਨਹੀਂ ਜੀ ਕੋਈ ਪੁਰਾਣੀ ਪਾਈਪ ਨਹੀਂ ਹੈ, ਪਾਈਪਾਂ ਉਹ ਨਵੀਆਂ 20 ਫੁੱਟ ਪਾਈਪ ਸੀ, ਉਹਨਾਂ ਦੇ ਵਿੱਚੋਂ ਜਿਹੜੀ ਵਾਧੂ ਟੋਟੇ ਸੀ ਉਹ ਵੱਢ ਕੇ ਵੱਢ ਕੀਤੇ। ਧਰਮਸਾਲੀ ਸਾਰੀ ਵਾਸਤੇ ਉਹਦਾ ਕੰਮ ਚੱਲ ਰਿਹਾ ਜੀ, ਜੇਈ ਸਾਹਿਬ ਦੀ ਐਸਟੀਮੇਟ ਮੁਤਾਬਕ ਕੀ ਕੰਮ ਜਿਹੜਾ ਚੱਲਦਾ ਜੀ, 2 ਲੱਖ ਸ਼ੈੱਡ ਦੀ ਗ੍ਰਾਂਟ ਹੈ, ਸ਼ੈੱਡ ਉੱਥੇ ਪੈ ਚੁੱਕਿਆ ਜੀ, ਬਾਕੀ ਉਹਦੀ ਮਿਣਤੀ ਹੁਣ ਬਾਕੀ ਹੈ, ਜਿਹੜਾ ਪੈਸਾ ਜਿੱਥੇ ਜਿੰਨਾ ਬਚਿਆ ਉਸ 'ਤੇ ਕੰਮ ਹੋਰ ਕਰਵਾਇਆ ਜਾਊਗਾ। ਨਹੀਂ ਉਹ ਹੁਣ ਜੇਈ ਸਾਹਿਬ ਦੱਸਣਗੇ ਨਾ ਕੰਧ ਦੀ ਵੀ ਥੱਲੋਂ ਕਿੰਨੀ ਉਹ ਪੋਲੀ ਜਗ੍ਹਾ ਆਈ ਹੈ, ਵੀ ਥੱਲੇ ਨਵ ਕਿਵੇਂ ਭਰ ਕੇ ਲਿਆਉਣੀ ਹੈ, ਜੇਈ ਸਾਹਿਬ ਸਾਨੂੰ ਐਸਟੀਮੇਟ ਦੇਣਗੇ, ਉਹਦਾ ਉਹਦੇ ਹਿਸਾਬ ਐਸਟੀਮੇਟ ਮੁਤਾਬਕ ਉਹ ਕੰਮ ਸ਼ੁਰੂ ਕੀਤਾ ਜਾਊਗਾ। ਜੇਈ ਸਾਹਿਬ ਰਿਪੋਰਟ ਪਿੱਛੇ ਨੇ ਵੀ ਅੱਜ ਹੀ ਕਰਵਾ ਦਿੰਦੇ ਸੀ ਮਿਲਤੀ ਹੋਈ, ਉਹ ਇਸ ਤਰ੍ਹਾਂ ਜੀ ਉਹਦੀ ਅਜੇ ਅਸੈਸਮੈਂਟ ਕਰਨੀ ਬਾਕੀ ਆ, ਅਸੈਸਮੈਂਟ ਕਰਨ ਤੋਂ ਬਾਅਦ ਵਿੱਚ ਜੋ ਵੀ ਪੈਸਾ ਬਚਦਾ ਉਹਨਾਂ ਦਾ ਪੂਰੇ ਪੂਰਾ ਪੈਸਾ ਉਸੇ ਧਰਮਸ਼ਾਲਾ 'ਤੇ ਲਗਾ ਦਿੱਤਾ ਜਾਊਗਾ। ਫਿਲਹਾਲ ਉਹਦੀ ਅਜੇ ਮਿਣਤੀ ਨਹੀਂ ਹੋਈ ਹੈਗੀ, ਕੰਮ ਅਜੇ ਇਨਕੰਪਲੀਟ ਆ, ਕੰਮ ਪੂਰਾ ਨਹੀਂ ਹੋਇਆ ਅਜੇ। ਅਸੈਸਮੈਂਟ ਕਰਨ ਤੋਂ ਬਾਅਦ ਵਿੱਚ ਜੋ ਵੀ ਪੈਸਾ ਬਚਦਾ ਉਸੇ ਹੀ ਧਰਮਸ਼ਾਲਾ ਉੱਤੇ ਲਗਾ ਦਿੱਤਾ ਜਾਊ। ਅਤੇ ਸਾਡੀ ਧਰਮਸ਼ਾਲਾ ਨੂੰ ਸਰ 7 ਲੱਖ ਰੁਪਈਆ ਗ੍ਰਾਂਟ ਆਈ ਸੀ, 5 ਲੱਖ ਰੁਪਈਆ ਧਰਮਸ਼ਾਲਾ ਖਾਤਰ ਆਇਆ ਸੀ ਅਤੇ 2 ਲੱਖ ਰੁਪਈਆ ਸ਼ੈੱਡ ਖਾਤਰ ਆਇਆ ਸੀ। ਤੁਸੀਂ ਦੇਖ ਸਕਦੇ ਹੋ ਵੀ ਸ਼ੈੱਡ ਦੇ ਜਿਹੜੀਆਂ ਪਾਈਪਾਂ ਲਾਈਆਂ ਗੀਆਂ ਉਹ ਪਾਈਪਾਂ ਬਿਲਕੁਲ ਨਕਾਰਾ ਪਾਈਪਾਂ ਗੀਆਂ, ਪੁਰਾਣੀਆਂ ਪਾਈਪਾਂ ਜੋੜ ਲੱਗੀਆਂ ਹੋਈਆਂ ਪਾਈਪਾਂ ਗੀਆਂ, ਜਿਨ੍ਹਾਂ ਨੂੰ ਇਹਨਾਂ ਨੇ ਰੰਗ ਕਰਕੇ ਇਹ ਸ਼ੈੱਡ 'ਤੇ ਵਰਤਿਆ ਗਾ। ਜੋ ਜਿਹੜੀ ਜਾਂਚ ਇਹਨੀ ਸ਼ੈੱਡ ਦੀ ਜਾਂਚ ਹੋਣੀ ਚਾਹੀਦੀ ਹੈਗੀ, ਅਤੇ ਜਿਹੜੀ ਧਰਮਸ਼ਾਲਾ 5 ਲੱਖ ਰੁਪਈਆ ਆਇਆ ਸੀ ਉਹਦੇ 'ਚ ਇੱਕ ਆਹ ਕਮਰਾ ਪਿਆ ਗਾ, ਇੱਕ ਐਲ ਸਾਈਡ ਕੰਧ ਕੱਢੀ ਆ ਇਹਨਾਂ ਨੇ, ਮਾਂਗਰਲੀ ਬਾਉਂਡਰੀ ਜੀ ਉਵੇਂ ਪਈ ਆ, ਜਿਹਦੇ 'ਚ ਧਰਮਸ਼ਾਲਾ 'ਚ ਪਸ਼ੂ ਵੜਦੇ ਆ, ਕੁੱਤੇ ਵੜਦੇ ਹੈਗੇ, ਜਿਹਦੇ ਨਾਲ ਮਤਲਬ ਬਹੁਤ ਪਰੇਸ਼ਾਨੀਆਂ ਹੁੰਦੀਆਂ ਗੀਆਂ। ਮਸਲਾ ਜੀ ਇਹ ਸਾਡੀ ਧਰਮਸ਼ਾਲਾ ਬਾਦਲ ਸਾਹਿਬ ਦਾ ਜਦੋਂ ਸੰਗਤ ਦਰਸ਼ਨ ਹੋਏ ਸੀਗੇ ਜੀ, ਉਦੋਂ ਉਹਨਾਂ ਨੇ ਆਪਾਂ ਨੂੰ 5 ਲੱਖ ਰੁਪਈਆ ਦਿੱਤਾ ਸੀਗਾ ਜੀ। ਉਦੋਂ ਪਹਿਲਾਂ ਗੁਰੂ ਸਾਹਿਬ ਆਏ ਸੀ ਸਾਡੇ ਧਰਮਸ਼ਾਲਾ ਦੇ ਵਿੱਚ, ਉਹਨਾਂ ਨੇ ਸਾਨੂੰ 2 ਲੱਖ ਸੈੱਡ ਵਾਸਤੇ ਦਿੱਤਾ ਸੀ, ਜਿਹਦਾ ਸੈੱਡ ਦੇ ਉੱਤੇ ਤੁਹਾਡੇ ਸਾਹਮਣੇ ਬਣਿਆ ਪਿਆ ਗਾ, ਇਹਦੇ 'ਤੇ ਤੁਹਾਨੂੰ ਪਤਾ ਹੀ ਹੈ ਵੀ 50-60 ਹਜ਼ਾਰ ਰੁਪਈਆ ਲੱਗਿਆ ਹੋਊਗਾ। ਉਹ ਕਹਿੰਦੇ ਵੀ ਪੂਰੇ ਹੋ ਗਏ ਪੈਸੇ ਧਰਮਸ਼ਾਲਾ ਦੇ, ਜਿਹੜੀ ਸਾਨੂੰ ਕਿਹਾ ਸੀਗਾ ਵੀ ਇੱਕ ਕਮਰਾ ਪਾ ਕੇ 2 ਕਮਰਿਆਂ ਦੀਆਂ ਅਸੀਂ ਨਿਵਾਂ ਕੱਢਾਂਗੇ, ਨਿਵਾਂ ਕੱਢ ਕੇ ਚਾਰੇ ਪਾਸੇ ਬਾਉਂਡਰੀ ਬਣਾਵਾਂਗੇ। ਇਹਨਾਂ ਨੇ ਹੁਣ ਇੱਕ ਪਾਸੇ ਧਰਮਸ਼ਾਲਾ ਜਿਹੜੀ ਰਮਦਾਸੀਆਂ ਸਿੰਘਾਂ ਦੀ ਪਈ ਹੋਈ ਹੈਗੀ, ਉਹ ਕੰਧ ਪਹਿਲਾਂ ਨਿਕਲੀ ਹੋਈ ਸੀ, ਉਹਦੇ ਵਿੱਚ ਹੀ ਮਤਲਬ ਜੇ ਹੋਰ ਉੱਤੇ ਕੰਧਾਂ ਦੇ ਉੱਤੇ ਸਾਡੀਆਂ ਇੱਟਾਂ ਲਾਉਂਦੇ ਤਾਂ ਵੀ ਅਸੀਂ ਮੰਨ ਜਾਂਦੇ ਵੀ ਸਾਡੀਆਂ ਇੱਟਾਂ ਲਾਈਆਂ, ਸਾਡੀ ਗ੍ਰਾਂਟ 'ਚੋਂ 1 ਰੁਪਈਆ ਨਹੀਂ ਲਾਇਆ ਜੀ।